ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ। ਲੁਧਿਆਣਾ ਪੁਲਿਸ ਚੋਰਾਂ ਨੂੰ ਫੜਨ ਦੇ ਲਈ ਸ਼ਹਿਰ ਦੀਆਂ ਤੰਗ ਗਲੀਆਂ ਵਿੱਚ ਪੁਲਿਸ ਮੁਲਾਜ਼ਮਾਂ ਨੂੰ ਸਾਈਕਲ ਤੇ ਰੇਕੀ ਕਰਨ ਲਈ ਉਤਾਰਨ ਜਾ ਰਹੀ ਹੈ ਤਾਂ ਜੋ ਸ਼ਹਿਰ ਵਿੱਚ ਵੱਧ ਰਹੇ ਕ੍ਰਾਈਮ ਨੂੰ ਠੱਲ ਪਾਉਣ ਵਿੱਚ ਕਿਸੇ ਕਿਸਮ ਦੀ ਪਰੇਸ਼ਾਨੀ ਨਾ ਹੋ ਸਕੇ। ਦੱਸ ਦਈਏ ਕਿ ਲੁਧਿਆਣਾ ਪੁਲਿਸ ਕਮਿਸ਼ਨਰ ਸੁਖਚੈਨ ਸਿੰਘ ਗਿੱਲ ਨੇ ਇਸ ਸਾਈਕਲ ਨੂੰ ਆਮ ਨਾ ਦੱਸਦੇ ਹੋਏ ਪੁਲਿਸ ਦੇ ਸਾਇਰਨ ਤੋਂ ਇਲਾਵਾ ਪੁਲਿਸ ਕੋਲ ਮੌਜੂਦ ਹੋਣ ਵਾਲੀ ਹਰ ਚੀਜ਼ ਦਾ ਦਾਅਵਾ ਕੀਤਾ ਹੈ। ਜ਼ਿਕਰਯੋਗ ਹੈ ਕਿ ਪੁਲਿਸ ਮੁਲਾਜ਼ਮਾਂ ਨੂੰ ਤੰਗ ਗਲੀਆਂ ਵਿੱਚ ਜਾਣ ਲਈ ਕਾਫੀ ਪਰੇਸ਼ਾਨੀ ਦੇ ਚਲਦਿਆਂ ਪੈਦਲ ਜਾਣਾ ਪੈਂਦਾ ਸੀ ਪਰ ਹੁਣ ਪੁਲਿਸ ਪ੍ਰਸ਼ਾਸਨ ਵੱਲੋਂ ਮੁਲਾਜ਼ਮਾਂ ਨੂੰ ਸਾਈਕਲ ਦਿੱਤੇ ਗਏ ਨੇ ਜਿਸ ਨਾਲ ਪੈਟਰੋਲ ਦੀ ਤਾਂ ਬੱਚਤ ਹੋਵੇਗੀ ਲੇਕਿਨ ਤੰਗ ਗਲੀਆਂ ਵਿੱਚ ਜਾਣ ਲਈ ਪੈਦਲ ਜਾਣ ਤੋਂ ਵੀ ਬਚਿਆ ਜਾਵੇਗਾ। ਹਾਲਾਂਕਿ ਪੁਲਿਸ ਮੁਲਾਜ਼ਮ ਇਸ ਮੁਹਿੰਮ ਨੂੰ ਲੈ ਕੇ ਕਾਫੀ ਖੁਸ਼ ਨਜ਼ਰ ਆਏ ਹਨ ਪਰ ਇਹ ਕੰਮ ਕਿੰਨਾ ਕੁ ਸਿਰੇ ਚੜ੍ਹ ਪਾਉਂਦਾ ਹੈ ਤੇ ਕਿੰਨੇ ਚੋਰਾਂ ਨੂੰ ਸਾਈਕਲ ਤੇ ਸਵਾਰ ਪੁਲਿਸ ਮੁਲਾਜ਼ਮਾਂ ਵੱਲੋਂ ਫੜਿਆ ਜਾਂਦਾ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਈ ਬਾਈਕ ਕੇ ਦੋ ਹਮੇ ਮੇਨ ਫਾਇਦੇ ਹੈ, ਇੱਕ ਤੋਂ ਇਸਮੇ ਪੈਟਰੋਲ ਕੀ ਬਿਲਕੁਲ ਖਪਤ ਨਹੀਂ ਹੋਗੀ, ਇਹ ਬੈਟਰੀ ਸੇ ਚਾਰਜ ਹੋਗਾ, ਉਸੀ ਸੇ ਚਲੇਗਾ। ਸੈਕਿੰਡ ਹੈ ਇਸਕੀ ਜੋ ਮੈਕਸੀਮਮ ਸਪੀਡ ਹੈ ਜੋ ਬਾਜ਼ਾਰ ਕੇ ਇੰਟੀਰੀਅਰ ਮੇ ਹਮੇ ਜਹਾਂ ਪੇ ਲਾਂਚ ਕਰਨਾ 25 ਕਿਲੋਮੀਟਰਸ ਕੀ ਸਪੀਡ ਹੈ ਔਰ ਉਸ ਏਰੀਆ ਮੇ ਜਾ ਕੇ ਜਹਾਂ ਪੇ ਕੋਈ ਔਰ ਵਹੀਕਲ ਨਹੀਂ ਜਾ ਸਕਤਾ, ਨਾ ਈਵਨ ਮੋਟਰਸਾਈਕਲ ਲੈ ਕੇ ਜਾਣਾ ਵੀ ਟਫ ਹੈ, ਵਹਾਂ ਪੇ ਲੈ ਜਾ ਸਕਤੇ ਹੈ। ਦੂਸਰਾ ਇਹ ਇਨਵਾਇਰਮੈਂਟ ਫ੍ਰੈਂਡਲੀ ਹੈ, ਇਸਮੇ ਕੋਈ ਬਿਲਕੁਲ ਇਟਸ ਟੋਟਲੀ ਪੋਲਿਊਸ਼ਨ ਫ੍ਰੀ, ਕੋਈ ਪੋਲਿਊਸ਼ਨ ਇਸਕਾ ਨਹੀਂ ਹੋਗਾ ਔਰ ਬਾਕੀ ਤੋਂ ਅਭੀ ਐਕਸਪੈਰੀਮੈਂਟ ਕਰੇਂਗੇ 15 ਦਿਨ ਮੇ ਉਸਸੇ ਔਰ ਪਤਾ ਚਲੇਗਾ। ਇਸੇ ਹਮਾਰੇ ਦੋ IPS ਆਫਿਸਰ ਦੇ ਦੀਪਕ ਪਾਰਕ ਜੀ ADCP ਹੈਡਕੁਆਟਰ ਔਰ ACP ਸਾਹਿਬ ਸਰਤਾਜ ਚਹਿਲ ਜੀ ਉਹ ਖੁਦ ਜਾ ਕੇ ਉਹਨਾਂ ਨੇ ਖੁਦ ਡਿਜ਼ਾਇਨ ਕਰਵਾਇਆ, ਇਸਮੇ ਸਾਇਰਨ ਹੈ, ਬੈਟਨ ਹੈ, ਜੋ ਜੋ ਪੁਲਿਸ 'ਚ ਰਿਲੇਟਡ ਹੈ, ਜਬ ਇਸਕੋ ਆਪ ਦੇਖੋਗੇ ਤੋ ਇਹ ਪੂਰੀ ਤਰ੍ਹਾਂ ਸੇ ਪੁਲਿਸ ਬਾਈਕ ਲਗਤਾ ਹੈ, ਉਸੀ ਤਰੀਕੇ ਸੇ ਹਮਨੇ ਇਸਕੋ ਡਿਜ਼ਾਇਨ ਕਰਵਾਇਆ। ਸਰ ਆਜ ਕੇ ਟਾਈਮ ਪੇ ਸਾਈਕਲ ਕੇ ਸਾਥ ਪੈਡਲ ਅਸਿਸਟ ਔਰ ਇੱਕ ਸਕੂਟੀ ਚਲਾਣੇ ਕਾ ਇਕੱਠੇ ਔਰ 2-3 in 1 ਹੈ ਯੇ ਕਿ ਸਾਰੇ ਇਕੱਠੇ ਯੂਜ਼ ਕਰ ਪਾਓ। ਅਗਰ ਬਾਤ ਕਰੇ ਇਸ ਸਾਈਕਲ ਮੇਂ ਕਿਆ ਕਿਆ ਫੈਸਿਲਿਟੀਜ਼ ਦੀ ਗਈ ਹੈ ਆਪਕੀ ਤਰਫ ਸੇ? ਸਰ ਆਪ ਦੇਖ ਹੀ ਲੋ ਆਪਣੇ ਆਪ ਹੀ ਸਰ ਬਤਾਏ ਕਿ ਕਿਆ ਕਿਆ ਦਿਖਾ ਕੇ ਬਤਾ ਕਿ ਯਹਾਂ ਪਰ ਐਸੇ ਪੈਡਲ ਅਸਿਸਟ ਯਾ ਸੇ ਸਕੂਟੀ ਕੇ ਜੈਸੇ ਚਲਾ ਸਕਤੇ ਹੋ, ਯਹਾਂ ਪਰ ਅੰਦਰ ਬੈਟਰੀ ਲਗੀ ਹੋਈ ਹੈ, ਸਾਰਾ ਕੁਛ ਕਰਾ ਹੋਇਆ ਕਿ ਈ ਬਾਈਕਸ ਇਕੱਠੇ ਸਾਰਾ ਚਲਾ ਲੈ। ਇਹ ਭਾਰਤ ਮੇਂ ਫਸਟ ਟਾਈਮ ਲਾਂਚ ਹੋ ਰਿਹਾ ਹੈ ਵਿਦ ਇਨ ਇੰਡੀਅਨ ਬ੍ਰਾਂਡ? ਯੈਸ ਪੂਰਾ। ਕੀ ਜ਼ਰੂਰਤ ਕੀ ਪੜੀ ਸੀ ਆਪਕੋ ਉਤਾਰਨੇ ਕੀ, ਕੀ ਸੋਚ ਕਬ ਆਈ ਆਪਕੇ ਸੀ ਦਿਮਾਗ ਮੇਂ ਕੀ ਇਸਕੋ ਉਤਾਰਾ ਜਾਏ? ਸਰ ਇੰਟਰਨੈਸ਼ਨਲ ਸਾਰਾ ਦੇਖ ਕੇ, ਇੰਟਰਨੈਸ਼ਨਲ ਜੋ ਮਾਰਕੀਟਸ ਹੈ, ਨੈਦਰਲੈਂਡਸ ਹੋ ਗਈ ਜੋ ਪੂਰੇ ਸਾਈਕਲ ਚਲਾਤੀ ਹੈ ਪੂਰੀ ਕੰਟਰੀ, ਵਹਾਂ ਪਰ ਦੇਖੇ ਕਿ ਕਿਆ ਨਿਆ ਹੈ, ਸਾਰਾ ਕੁਛ ਹੈ, ਉਸਕੋ ਦੇਖ ਕੇ ਹਮ ਲੈ ਕੇ ਆਏ ਇੰਡੀਆ ਮੇਂ। ਕਿੰਨੇ ਸਾਈਕਲ ਆਜ ਉਤਾਰੇ ਹੈਂ ਆਪਨੇ? ਪੁਲਿਸ ਕੇ ਸਾਥ ਯਾ ਡੀਲਰ ਕੇ ਸਾਥ? ਚਾਰ। ਔਰ ਯੇ ਕਿਨ ਕਿਨ ਏਰੀਓ ਮੇਂ ਯੇ ਪੁਲਿਸ ਇਨਕੋ ਉਤਾਰਨੇ ਜਾ ਰਹੀ ਹੈ? ਆਜ ਅਭੀ ਤੋ ਲੁਧਿਆਣਾ ਸੇ ਸ਼ੁਰੂ ਕਰਿਆ ਹਮਨੇ। ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ। ਦਿਲਾਂ ਦੀ ਸਾਂਝ ਤੇ ਮੁਹੱਬਤਾਂ ਦੇ ਪੈਗਾਮ ਵੰਡਦਾ ਪੰਜਾਬ ਪੰਜਾਬੀਅਤ ਨਾਲ ਭਰਪੂਰ ਸਾਂਝ ਟੀਵੀ, ਵਿਦੇਸ਼ਾਂ 'ਚ ਬੈਠੇ ਆਪਣਿਆਂ ਨੂੰ ਦੇਸ਼ ਦੀ ਮਿੱਟੀ ਨਾਲ ਜੋੜਦਾ ਸਾਂਝ ਟੀਵੀ, ਧਾਰਮਿਕ ਪ੍ਰੋਗਰਾਮ, ਸੱਭਿਆਚਾਰਕ ਮੇਲੇ, ਵਿਆਹ ਸ਼ਾਦੀ, ਛਿੰਝ ਮੇਲੇ, ਕਬੱਡੀ ਟੂਰਨਾਮੈਂਟ ਦਾ ਲਾਈਵ ਬ੍ਰੌਡਕਾਸਟ ਦੇਸ਼ ਵਿਦੇਸ਼ ਵਿੱਚ ਕਰਵਾਉਣ ਲਈ DG ਕੇਬਲ ਫਗਵਾੜਾ ਅਤੇ ਸਾਂਝ ਟੀਵੀ ਨਾਲ ਸੰਪਰਕ ਕਰੋ।